ਪਹਿਲਾਂ ਤਾਂ ਇਹ ਕਿ ਇਹਨਾਂ ਨੇ ਹੁਣੇ ਲਫ਼ਜ਼ ਵਰਤੇ ਨੇ ਜੀ ਤੇ ਇਸ ਗੱਲ ਤੇ ਫਿਰ ਰਹਿਣ ਕਿ ਆਪ ਕਹਿੰਦੇ ਜਾਓ ਅਸੀਂ ਵੀ ਇਹੋ ਚਾਹੁੰਦੇ ਹਾਂ ਕਿ ਜਿਸ ਗ੍ਰੰਥ ਜਿਸ ਜ਼ਬਾਨ ਤੋਂ ਇਸ ਕਿਸਮ ਦੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਲਫ਼ਜ਼ ਜਾਂ ਉਹਨਾਂ ਦੇ ਦਸਮ ਪਾਤਸ਼ਾਹ ਜੀ ਦੀ ਕਹਾਣੀਆਂ ਨਾਲ ਉਹਨਾਂ ਦੀ ਰਚਨਾ ਕਹਿ ਕੇ ਕੁਝ ਲਿਖਿਆ ਹੋਇਆ ਇਸੇ ਗ੍ਰੰਥ ਨੂੰ ਪਾੜ ਦੇਣਾ ਚਾਹੀਦਾ ਹੈ, ਇਸੀ ਜ਼ਬਾਨ ਨੂੰ ਪਾੜ ਦੇਣਾ ਚਾਹੀਦਾ, ਇਹਨਾਂ ਦੇ ਲਫ਼ਜ਼ ਨੇ। ਬਿਲਕੁਲ ਬਿਲਕੁਲ ਮੈਂ ਬਿਲਕੁਲ ਸਹੀ ਗੱਲ ਹੈ। ਹਾਂਜੀ ਅੱਛਾ, ਬਾਕੀ ਹੁਣ ਰਹਿ ਗਈ ਹੈ ਵੀ ਤੁਸੀਂ ਮੇਰੇ ਕੋਲੋਂ ਬਜਾਏ ਇਹ ਤੁਹਾਡੇ ਕੋਲ ਤੇ ਪਹੁੰਚਿਆ, ਤੁਸੀਂ 16ਵਾਂ ਅਧਿਆਇ 16ਵਾਂ ਚਰਿੱਤਰ ਤੇ 21ਵਾਂ 22ਵਾਂ 23ਵਾਂ ਪੜ੍ਹ ਕੇ ਸੰਗਤ ਵਿੱਚ ਉੱਥੇ ਟੀਵੀ ਤੇ ਸੁਣਾ ਦਿਓ ਤੇ ਆਪਣੇ ਆਪ ਹੀ ਨਿਰਣਾ ਹੋ ਜਾਏਗਾ। ਦੇਖੋ ਅਸੀਂ ਅਸੀਂ ਦਸਮ ਗ੍ਰੰਥ ਦੇ ਬਾਰੇ ਦੇ ਵਿੱਚ ਜਾਂ ਪੂਰਾ ਚਰਿੱਤਰ ਵਿਆਖਿਆ ਕਰਨ ਦੇ ਵਿੱਚ ਜਾਂ ਸੁਣਾਉਣ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ। ਸਾਨੂੰ ਅਕਾਲ ਤਖਤ ਸਾਹਿਬ ਦਾ ਕੋਈ ਹੁਕਮਨਾਮਾ ਹੋਵੇ ਕਿ ਤੁਸੀਂ ਕਰ ਸਕਦੇ ਹੋ, ਇਹਨਾਂ ਕੋਲ ਸੁਣਾਇਆ ਹੋਵੇ ਤੁਸੀਂ ਵਿਸ਼ਵਾਸ ਰੱਖਦੇ ਹੋ? ਨਹੀਂ ਨਹੀਂ, ਤੁਸੀਂ ਦੱਸ ਸਕਦੇ ਹੋ ਵੀ ਕਿੱਥੇ ਤੇ ਕੀ ਲਿਖਿਆ ਹੋਇਆ, ਕਿਉਂਕਿ ਮਤਲਬ ਦਸਮ ਗ੍ਰੰਥ ਦੀ ਸੈਂਚੀ ਸਾਡੇ ਕੋਲ ਪਈ ਹੈ। ਪਹਿਲਾਂ ਤਾਂ ਇਹ ਕਿ ਇਹਨਾਂ ਨੇ ਕਿਹਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਨਾਲ ਸੰਬੰਧਿਤ ਨਹੀਂ, ਰਾਏ ਦੇ ਸੰਬੰਧ ਵਿੱਚ ਹੈ। ਰਾਈਟ, ਹਾਂਜੀ ਹਾਂਜੀ, ਕਿਸੇ ਰਾਏ ਦੇ ਸੰਬੰਧ ਵਿੱਚ ਹੈ ਜੀ। ਉੱਥੇ ਬੜਾ ਸਪਸ਼ਟ ਲਫ਼ਜ਼ ਹੈ ਕਿ ਤੀਰ ਸਦਰ ਕੇ ਹੁਤੇ ਪੁਰ ਆਨੰਦ ਇੱਕ ਗਾਉਂ ਜੀ, ਨੇਤਰ ਤੁੰਗ ਕੇ ਵਸਤ ਕੈਲੂਰ ਤੋਂ ਥਾਉ ਜੀ, ਤਾਂ ਸਿੱਖ ਸਾਖਾ ਬਹੁ ਆਕਰ ਮੇਘ ਬਿਠਾਏ ਆਵਤ ਮੋਦ ਬਿਠਾਏ, ਮਨ ਬਾਸ਼ਤ ਮੁਖ ਮੰਗ ਸਬਰ ਜਾਤ ਗਿਰਨ ਸੁਖ ਪਾਏ ਜੀ, ਏਕ ਪ੍ਰਿਆਤਮੰਤ ਕੀ ਤੋਂ ਨਗਰ ਮੈਂ ਆਣ, ਹੇਰ ਰਾਏ ਪੀੜਤ ਭਈ ਵਿਧੀ ਬ੍ਰਹਿ ਕੇ ਬਾਣ। ਇੱਕ ਇਹਦਾ ਮਤਲਬ ਕੀ ਹੈ? ਪਰ ਇਹਦੇ ਵਿੱਚ ਨਾ ਤੇ ਕਿਤੇ ਬੇਸਵਾ ਦਾ ਜ਼ਿਕਰ ਆਉਂਦਾ ਹੈ? ਇੱਕ ਮਿੰਟ ਮੈਂ ਮੈਨੂੰ ਤੁਸੀਂ ਦੱਸੋ ਕਿ ਜੇ ਆਪਾਂ ਲਫ਼ਜ਼ ਕਹੀਏ, ਪਹਿਲਾਂ ਤਾਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਅਨੰਦਪੁਰ ਦਾ ਰਾਜਾ ਮੈਨੂੰ ਦੱਸੋਗੇ ਕਿਹੜਾ ਕਿਹੜਾ ਹੋਇਆ? ਸਰਦਾਰ ਕਪੂਰ ਸਿੰਘ ਜਿੰਨੇ ਵੀ ਗ੍ਰੰਥਕਾਰ ਹਨ, ਜਦੋਂ ਉਹਦੀ ਗੱਲ ਕਰ ਰਹੇ ਹਾਂ, ਮੈਂ ਓਰਿਜਿਨਲ ਦੀ ਕਰ ਰਿਹਾ ਕਿ ਇਹ ਇੱਕ ਸਾਹਿਤਕ ਰਚਨਾ ਹੈ ਜਿੱਥੇ ਗੁਰੂ ਸਾਹਿਬ ਨੇ ਆਪਣੇ ਬਾਰੇ ਲਿਖਣਾ, ਉਹ ਹਮੇਸ਼ਾ ਲਿਖਦੇ। ਅਬ ਮੈਂ ਆਪਣੀ ਕਥਾ ਬਖਾਨੋ ਮੁਰਪਿਤ ਪੂਰਬ ਕੀਸ ਪਿਆਨਾ ਤਾਤ ਮਾਤ ਮੁਰ ਅਲਖ ਅਰਾਧਾ, ਜਿੱਥੇ ਉਹ ਸਾਹਿਤ ਦੀ ਰਚਨਾ ਕਰਦੇ ਉੱਥੇ ਮੰਤਰੀ ਭੂਪਤ ਸੰਵਾਦ ਹੈ। ਮੰਤਰੀ ਨੇ ਜੇ ਤੁਹਾਡੀ ਅਗਰ ਇਹ ਗੱਲ ਮੰਨ ਲਈ ਜਾਈਏ, ਫਿਰ 15ਵੇਂ ਚਰਿੱਤਰ ਦੇ ਵਿੱਚ ਕੀਰਤਪੁਰ ਦਾ ਜ਼ਿਕਰ ਹੈ, ਤਾਂ ਕੀ ਉੱਥੇ ਦਾ ਜਿਹੜਾ ਚਰਿੱਤਰ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਦਾ? ਇੱਕ ਚਰਿੱਤਰ ਹੋਰ ਹੈ ਜਿਹਦੇ ਵਿੱਚ ਰਾਮਦਾਸਪੁਰ ਹੈ। ਕੀ ਇਸ ਤਰੀਕੇ ਨਾਲ ਜਿਹੜੀ ਯੂਸਫ ਜ਼ਲੈਖਾਂ ਦੀ ਕਹਾਣੀ ਹੈ, ਕੀ ਅਸੀਂ ਉਸਨੂੰ ਮੁਹੰਮਦ ਸਾਹਿਬ ਦਾ ਮੰਨ ਲਈਏ? ਕੀ ਜਿਹੜੀ ਜੋਸਫ ਦੀ ਕਹਾਣੀ, ਇਹ ਇੱਕ ਸਾਹਿਤਕ ਰਚਨਾ ਥਰਡ ਪਰਸਨ ਵਿੱਚ ਹੈ ਤੁਸੀਂ, ਔਰ ਥਰਡ ਪਰਸਨ ਹੀ ਤੁਸੀਂ ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਚਰਿੱਤਰ ਕਹਿ ਰਹੇ ਹੋ? ਕਿਸੇ ਹੋਰ ਇਤਿਹਾਸਕਾਰ ਨੇ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਨਹੀਂ ਨਹੀਂ ਮੈਂ ਉਹੀ ਤਾਂ ਕਹਿ ਰਿਹਾ, ਫਿਰ ਉਹਦਾ ਰਾਮਦਾਸਪੁਰ ਦਾ ਕਿਹੜਾ? ਇਹ ਤੇ ਸਾਹਿਤ ਨੂੰ ਹੁਣ ਇੱਥੇ ਫਿਫਥ ਹਾਰਸਮੈਨ ਇੱਕ ਕਿਤਾਬ ਨਿਕਲੀ ਹੈ ਜਿਹਦੇ ਵਿੱਚ ਉਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਦਾ ਨਾਂ ਦਿੱਤਾ ਸਾਹਿਤ ਦੀ। ਤੁਸੀਂ ਆਪਣੇ ਦੇਖੋ ਪ੍ਰੋਫੈਸਰ ਸਾਹਿਬ, ਤੁਸੀਂ ਖਿੱਚ ਧੂ ਕੇ ਉਹਨੂੰ ਜੋ ਮਰਜ਼ੀ ਲਈ ਜਾਓ, ਜਿਹੜੀ ਕਿਸੇ ਹੋਰ ਇਤਿਹਾਸਕਾਰ ਨੇ, ਕਿਸੇ ਸਿਆਣੇ ਬੰਦੇ ਨੇ, ਕਿਸੇ ਨੇ ਵੀ ਕਦੀ ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਰਿੱਤਰ ਨਹੀਂ ਕਿਹਾ। ਇਹ ਪਹਿਲੀ ਵਾਰ ਆਪ ਜੀ ਦੇ ਮੁਖਾਰਬਿੰਦ ਤੋਂ ਆ ਰਿਹਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਰਿੱਤਰ ਹੈ, ਔਰ ਇਸ ਚਰਿੱਤਰ ਦੇ ਵਿੱਚ ਵੀ ਪ੍ਰੋਫੈਸਰ ਸਾਹਿਬ ਜਿਹੜੀ ਤੁਸੀਂ ਡਾਕਟਰ ਜੋਧ ਨਹੀਂ ਨਹੀਂ ਅਸੀਂ ਵੀ ਇਸ ਹੱਕ ਦੇ ਵਿੱਚ ਨਹੀਂ, ਅਸੀਂ ਕਿਹੜੇ ਹੱਕ ਦੇ ਵਿੱਚ ਹੈ ਇਸ ਗੱਲ? ਪ੍ਰੋਫੈਸਰ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਜਿਹੜੀ ਸਾਹਿਤਕ ਰਚਨਾ ਹੈ ਇਹਦੇ ਚ ਪਾਤਰ ਗੁਰੂ ਗੋਬਿੰਦ ਸਿੰਘ ਹੈ, ਇਹ ਤੁਸੀਂ ਕਹਿ ਰਹੇ ਹੋ ਕਿ ਪਾਤਰ ਹੈ? ਕਿਸੇ ਵੀ ਇਤਿਹਾਸਕਾਰ ਨੇ, ਕਿਸੇ ਸਾਖੀਕਾਰ ਨੇ ਨਹੀਂ ਲਿਖਿਆ, ਉਹ ਕਹਿ ਰਿਹਾ ਹੈ ਉਪਾਖਿਆਨ ਜਿਹੜੀ ਕਹਾਣੀ ਪਹਿਲੇ ਕਹੀ ਜਾ ਚੁੱਕੀ। ਸਰਦਾਰ ਕਪੂਰ ਸਿੰਘ ਨੇ ਲਿਖਿਆ 8ਵੀਂ ਸਦੀ ਦੀ ਕਹਾਣੀ, ਰਿਗਵੇਦ ਦੀ ਕਹਾਣੀ, ਔਰ ਜਿਹੜੀ ਪੁਰਾਤਨ ਸਾਹਿਤਕ ਪਰੰਪਰਾ ਦੇ, ਜਿਹੜੀ ਜਿਸ ਤਰ੍ਹਾਂ ਟੁੰਡੇ ਅਸਰਾਜੇ ਦੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀਤੀ, ਜਿਸ ਤਰ੍ਹਾਂ ਪੂਰਨ ਭਗਤ ਦੀ ਗੱਲ ਹੋਈ, ਇਸ ਤਰੀਕੇ ਨਾਲ ਸਾਹਿਤਕ, ਔਰ ਇਸ ਇੱਕ ਜਿਹੜਾ ਨੂਪ ਕੌਰ ਦਾ ਚਰਿੱਤਰ ਹੈ, ਇਸ ਨੂੰ ਚਰਿੱਤਰ ਮੈਨੇ ਹੁੰਦਾ ਕਰੈਕਟਰ, ਚਰਿੱਤਰ ਮੈਨੇ ਹੁੰਦਾ ਕਰੈਕਟਰ, ਔਰ ਚਲਿੱਤਰ ਹੁੰਦਾ ਕਰੈਕਟਰ ਲੈਸ ਮੈਨ, ਪਰ ਤੁਸੀਂ ਆਪਣੀ ਕਿਤਾਬ ਦੇ ਵਿੱਚ ਚਲਿੱਤਰ ਕਰਕੇ ਐਡਰੈਸ ਕਰ ਰਹੇ ਹੋ। ਦੱਸੋ, ਮੈਂ ਚੁੱਪ ਹਾਂ, ਦੱਸ ਰਿਹਾ। ਹਾਂਜੀ, ਬਿਲਕੁਲ, ਇਹਦੇ ਵਿੱਚ ਇਸ ਤਰ੍ਹਾਂ ਹੀ ਹੈ। ਸਰਦਾਰ ਕਪੂਰ ਸਿੰਘ ਕਹਿੰਦੇ ਆ ਜਿਸ ਤਰ੍ਹਾਂ
यूसुफ जलैखा की कहानी लिखदे होया उस कवि ने वारिस शाह ने जड़े उदे विच वीर वारस की कहानी लिखदे उसने कुरान दियां आयतां गुंदियां। सरदार कपूर सिंह कहिंदे है कि इसे तरीके नाल यह गुरु गोबिंद सिंह साहब का उपदेशात्मक क्योंकि इस चरित्र दे विच केवल यह नहीं बार बार उपदेशात्मक है। ओ राय ने किधरे भी नहीं सोचा मैं उन्हें कदी भी नहीं सोचा कि मैं काम करा। ओ बार बार एको चीज सोचता रहा कि मैं इस हलजंगाल चो प्रोफेसर साहब ओ ये सोचता रहा मैं इस मुसीबत चो किदा निकला। उस कहानी दे विच सारे चरित्र गुरु गोबिंद सिंह साहब दा नहीं फिर मैं गल मैं उही कह रहा जेड़ी गल है पूरे चरित्र पूरी कहानी विच राय सारी सोच उहदी है कि मैं इस मुसीबत चो किदां निकला। उहनूं इंद्र दा चंद्र दा विष्णु दा कौरवां दा और सारियां दे हवाले दिंदा है और ओ औरत कहिंदी है कि इह जिहड़ा है कृष्ण दी गल क्यों नहीं करदा जिन्हें भोग कीता। एक धनी औरत नूं तुसीं वेशवा लिख रहे हो एक जिहदे च किधरे राजे ने कदी सोचिया नहीं कि मैं किस तरह संबंध करां। तुसीं कह रहे हो सोचण लग पिया कि मैं पड़ुआ पैदा होएगा जिहड़ी है ही नहीं। लांबा जी हां जी पर साहब देखो तुसीं इस चीज नूं बड़ी शांति दे नाल क्लीयर करो राइट। लांबा जी मैं तुहानूं भी गुजारिश करांगा कि दसम ग्रंथ दीआं जिहड़ियां होर चीजां आसा पासा नूं टच ना करो कोई भी हां जी हां जी आप पंजा गल्लां करदे हो पिछले नूं कदे गल ना करो। रामजनी वेसवा वरत्या जांदा है उत्थे आई है उन्हें आप वालों मिलन की कोशिश की है नहीं मिले तो उन्हें फिर अपना भेस बनाया जोगियां वाला जी यह सारा बेशक पर लो उत्थे भी गुरु गोबिंद सिंह साहिब रात नूं भक्ति दी स्मरण करते जांदे ने। दस्तावेज अपनी वालों भेजा है कि जेडे इस गल का जिक्र होया जेडी कहानी का तुम जिक्र किया मेरी किताब कि नहीं है मेरी हिंदी की अनुवादित टीके वेसवा भड़ुए का नहीं है। असीं तुहानूं फारवर्ड भी करांगे असीं साडे दोस्त इत्थे परम दोस्त ने तुहाडे बड़े हतैशी ने उहनां नूं भी कापी जरूर दवांगे बकायदा तौर दे उत्ते उहनां ने इह मतलब सारी गल जिहड़ी आ उह क्लीयर करके लिख के भेजी है भई ना ते उत्थे किसे वेसवा दा जिक्र है ना उत्थे किसे भड़ुए दा जिक्र है ते ना ही उस किताब दे विच उस अध्याय दे विच नूप कौर ਹਾਂਜੀ ਭਾਂਡ ਦਾ ਅਰਥ ਭੜੂਆ ਹੈ ਜਦੋਂ ਕੋਈ ਵਿਆਖਿਆ ਕਰਦਾ ਹੈ ਉਦੋਂ ਕੋਈ ਜ਼ਰੂਰੀ ਨਹੀਂ ਹੁੰਦਾ ਉਹੋ ਹੀ ਲਫ਼ਜ਼ ਵਰਤਦਾ ਹੁੰਦੇ ਅਰਥ ਵੀ ਵਰਤਦਾ ਹੈ ਇਹਨੇ ਅਰਥ ਕਿਉਂ ਕੀਤੇ ਨੇ ਡਾਕਟਰ ਜੋਤ ਸਿੰਘ ਨੇ ਬਾਕੀ ਜਿਹੜੇ ਰਤਨ ਸਿੰਘ ਜੱਗੀ ਨੇ ਕਿਉਂ ਕੀਤੇ ਨੇ ਪ੍ਰੋਫੈਸਰ ਸਾਹਿਬ ਇਹ ਉਹ 16ਵੇਂ ਚਰਿੱਤਰ ਦੀ ਦੱਸ ਰਹੇ ਹੋ ਕਿ ਇਹ ਨੂਪ ਕੁਵਰ ਦੀ ਦੱਸ ਰਹੇ ਹੋ ਕਿਹੜੀ ਇਹ ਦੋਨੋਂ ਮਿਕਸ ਕਰ ਰਹੇ ਹੋ ਤੁਸੀਂ ਜਿੰਦੇ ਚ ਵੇਸਵਾ ਲਫ਼ਜ਼ ਹੈ ਵੇਸਵਾ ਦਾ ਜਿਹੜਾ ਲਫ਼ਜ਼ ਗੋਬਿੰਦ ਸਿੰਘ ਸੋਚਣ ਲੱਗੇ ਕਿ ਮੇਰੇ ਰਿਲੇਸ਼ਨਸ਼ਿਪ ਤੋਂ ਭੜੂਆ ਪੈਦਾ ਹੋਏਗਾ ਮੈਂ ਉਹਦੀ ਪੱਗ ਲਾ ਦਿੱਤੀ ਇਹ ਹੁਣ ਪੱਗ 16ਵੇਂ ਚਰਿੱਤਰ ਚ ਹੈ ਕਿ 21ਵੇਂ ਚ ਹੈ ਦੋਨਾਂ ਨੂੰ ਮਿਲਾ ਕੇ ਕਰ ਰਹੇ ਹੋ ਤੁਸੀਂ ਤੁਸੀਂ ਕੁਣ ਲਾਂਬਾ ਜੀ ਤੁਸੀਂ ਨੂਪ ਕੌਰ ਦੀ ਗੱਲ ਕਰੋ ਜੀ ਇੱਥੇ ਤਾਂ ਇਦਾਂ ਦਾ ਆਮ ਲੋਕਾਂ ਦੇ ਵਿੱਚ ਵਿਵਾਦ ਜਿਹੜੀ ਗੱਲ ਹੈ ਉਹ ਨਹੀਂ ਪੈਣਾ ਚਾਹੀਦਾ। ਨੂਪ ਕੌਰ ਦੀ 21ਵੇਂ ਚਰਿੱਤਰ ਦੀ ਗੱਲ ਕਰੋ ਜਿਹਦੀ ਇਹ ਕਹਾਣੀ ਸੀ ਜਿਹਦੀਆਂ ਇਹ ਲਾਈਨਾਂ ਜਿਹੜੀਆਂ ਸੀ ਤੁਸੀਂ ਕੋਡ ਕੀਤੀਆਂ ਜਿਹੜੀਆਂ ਲਾਈਨਾਂ ਦੇ ਉੱਤੇ ਅੱਜ ਗੱਲ ਹੋ ਰਹੀ ਹੈ ਮੈਂ ਤਾਂ ਫਿਰ ਅਨੂਪ ਕੌਰ ਦਾ ਨਾਮ ਨਹੀਂ ਲਿਆ। ਹਾਂਜੀ ਜਿਸ ਕਹਾਣੀ ਦਾ ਜਿਸ ਚਰਿੱਤਰ ਦੀ ਤੁਸੀਂ ਗੱਲ ਕੀਤੀ ਆ ਜੇ ਉਸ ਚੀਜ਼ ਦੀ ਵਿਆਖਿਆ ਤੁਸੀਂ ਆਪਣੇ ਤੌਰ ਦੇ ਉੱਤੇ ਕੀਤੀ ਆ ਫਿਰ ਆਪਾਂ ਨੂੰ ਇਹ ਗੱਲ ਕਹਿਣ ਦੇ ਵਿੱਚ ਕੀ ਹਰਜ਼ ਹੈ ਕਿ ਇਹ ਮੇਰੀ ਆਪਣੇ ਤੌਰ ਦੇ ਉੱਤੇ ਕੀਤੀ ਹੋਈ ਵਿਆਖਿਆ ਹੈ ਨਾ ਕਿ ਇਹ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਜਿੱਥੇ ਦਾੜੀ ਫੜੀ ਦੱਸ ਦਿਓ ਮੈਂ ਹੁਣੇ ਖੋਲ ਲੈਣਾ ਪੰਨਾ।